ਕਿਸੇ ਗਲੀ ਦੇ ਵਿੱਚ ਫਿਊਜ਼ ਹੋ ਜਾਵੇ ਤਾਂ ਅਰਬਨ ਸਟੇਟ ਕੋਠੀ ਜਾਣਾ ਪੈਂਦਾ ਸੀ। ਉੱਥੋਂ ਜਾ ਕੇ ਉਸ ਬੱਲਬ ਦੀ ਮਨਜ਼ੂਰੀ ਮਿਲਦੀ ਸੀ, ਚਾਹੇ ਉਹ ਮੈਡਮ ਸਾਹਿਬਾ ਦਿੰਦੀ ਸੀ ਤਾਂ ਚਾਹੇ MLA ਸਾਹਿਬ ਆਪ ਦਿੰਦੇ ਸੀ ਸਾਡੇ ਕੌਂਸਲਰ ਵੀਰਾਂ ਨੂੰ। ਜਦ ਕਿ ਤੁਹਾਡੇ ਜਿਤਾਏ ਹੋਏ ਇਹ ਸ਼ਹਿਰ ਦੇ ਮੱਲਾਂ ਵਾਰਡ ਵਾਈਜ਼ ਲੋਕਾਂ ਨੇ ਵੋਟਾਂ ਜਿਤਾਏ ਹੋਏ ਨੁਮਾਇੰਦੇ ਆ, ਇਹ ਤੁਹਾਡੀ ਖਾਤਰ ਸਾਡੀ ਖਾਤਰ ਮੈਂ ਬੇਨਤੀ ਕਰਾਂ, ਬੋਲੀ ਜੀ ਅੱਗੇ ਆਓ, ਪਲੀਜ਼ ਅੱਗੇ ਆ ਜਾਓ, ਇੱਧਰ ਹਰਜੀ ਦੇ ਕੋਲ ਅੱਗੇ ਬੈਠੋ, ਪਲੀਜ਼ ਅੱਗੇ ਆ ਜਾਓ। ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੰਜਾਬ ਦੀ ਮਾਂਗ ਨੂੰ ਸਾਂਭੀ, ਤੁਹਾਨੂੰ ਪਤਾ ਪੰਜਾਬ ਦਾ ਨਸ਼ਿਆਂ ਦਾ, ਵਿਕਾਸ ਦਾ, ਪ੍ਰੋਪਰਟੀ ਦਾ, ਕਿਸੇ ਵੀ ਲੈਵਲ ਤੇ ਚਲ ਜਾਓ ਵਪਾਰਕ ਸੰਸਥਾਵਾਂ ਦਾ ਕੀ ਹਾਲ ਸੀ। ਅੱਗੇ ਮੇਅਰ ਫਗਵਾੜਾ ਦੇ ਖਿਲਾਫ ਰੱਖਿਆ, ਉਹਦੇ ਵਿੱਚ ਬਹੁਤ ਵੱਡੀ ਗੱਲ ਹੈ। ਆਮ ਲੋਕਾਂ ਦੀ ਇਹ ਭਾਵਨਾ ਹੁੰਦੀ ਹੈ ਸਰਕਾਰ ਸਾਡੀ, ਕਿਉਂਕਿ ਅਸੀਂ ਕਾਂਗਰਸੀ ਹਾਂ ਤੇ ਧਰਨੇ ਕਿਉਂ ਲਾਉਣੇ ਪੈ ਰਹੇ ਆ। ਸਾਥੀਓ ਅੱਜ ਕਿਸੇ ਪਾਸੇ ਚਲੇ ਜਾਓ, ਮੇਨ ਆਪਾਂ ਚਲੋ ਸਾਰਾ ਜਿਹੜਾ ਸਾਡਾ ਸਿਸਟਮ ਆ ਉਹ SGD ਰੋਡ ਤੋਂ ਨਿਕਲਦਾ, ਉੱਥੇ ਤੇ ਜਾ ਕੇ ਦੇਖੋ ਤਾਂ ਕਿੱਡੇ ਕਿੱਡੇ ਟੋਏ ਪਏ ਹੋਏ ਆ, ਲੋਕ ਨਿਕਲਦੇ ਆ। ਕਈ ਵਾਰੀ ਪੁੱਛਦੇ ਆ ਯਾਰ ਤੁਹਾਡੇ ਸ਼ਹਿਰੋਂ ਤਾਂ ਨੰਗੇ ਸੀ, ਪਰ ਸ਼ਹਿਰ ਦੇ ਵਿੱਚ ਹਾਲਾਤ ਬੜੇ ਖਰਾਬ ਸੀ, ਫਿਰ ਟੋਏ ਪਏ ਹੋ ਸੜਕਾਂ ਤੇ, ਇੱਥੋਂ ਕੋਈ ਨਿਕਲ ਨਹੀਂ ਸਕਦਾ। ਨਿਕਲਿਆ ਤਾਂ ਪਤਾ ਲੱਗ ਜਾਂਦਾ ਵੀ ਫਗਵਾੜੇ ਆ ਗਏ ਆ, ਕਿਉਂਕਿ ਤੁਸੀਂ ਚੱਲੋ ਜੰਮੂ ਕਸ਼ਮੀਰ ਤੋਂ ਹੋਰ ਕਿਸੇ ਪਾਸਿਓਂ ਚੱਲ ਪਓ, ਅੰਮ੍ਰਿਤਸਰ ਤੋਂ ਚੱਲ ਪਓ ਦਿੱਲੀ ਜਾਣਾ, ਤੇ ਪ੍ਰੋਬਲਮ ਕਿੱਥੇ ਆ? ਫਗਵਾੜੇ ਸ਼ਹਿਰ ਰਾਜ ਕਿਹੜਾ ਸੀਗਾ? 10 ਸਾਲਾਂ ਤੋਂ ਰਾਜ ਇਹਨਾਂ ਦਾ ਸੀ, ਕੌਂਸਲ 'ਚ ਵੀ ਰਾਜ ਇਹਨਾਂ ਦਾ ਸੀ ਤੇ ਉੱਪਰ ਸਰਕਾਰ ਵੀ ਇਹਨਾਂ ਦੀ। ਇੱਥੇ ਹਲੇ ਤਾਂ ਕਾਂਗਰਸ ਦੀ ਸਰਕਾਰ ਆਏ ਨੂੰ 17 ਮਹੀਨੇ ਹੋਏ ਆ, ਔਰ ਫਿਰ ਵੀ ਸਰਕਾਰ ਜਿਹੜੀ ਆ ਬਹੁਤ ਆਪਣੇ ਤੌਰ 'ਤੇ ਕੰਮ ਕਰਕੇ ਕਿਸੇ ਤਰੀਕੇ ਵੀ ਇੱਥੇ ਕਾਫੀ ਕੋਸ਼ਿਸ਼ ਕਰ ਰਹੇ ਆ। ਸਾਡੇ ਬਲਾਕ ਪ੍ਰਧਾਨ ਬਜ਼ੁਰਗ, ਸੜਕ ਪਾਰ ਕਰਨੀ ਸੌਖੀ ਹੋ ਜਾਏ, ਲੇਡੀਜ਼ ਜੋ ਗਾਂਵ ਪਿੰਡਾਂ ਤੋਂ ਆਉਂਦੀਆਂ ਉਹਨਾਂ ਲਈ ਲੰਘਣਾ ਸੌਖਾ ਹੋ ਜਾਏ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਹੈ, ਇਹ ਆਪਣੇ ਪੈਸੇ ਨੂੰ ਬਣਾਉਣ ਦੀ ਖਾਤਰ ਇਹ ਪੁੱਲ ਨੂੰ ਰੋਕੀ ਬੈਠੇ ਹੈ। ਦੋਸਤੋ, ਇੱਕ ਇਸ ਪੁੱਲ ਦੇ ਥੱਲੇ ਸੀਵਰੇਜ ਦੀ ਪਾਈਪ ਦਾ ਮੇਨ ਕਨੈਕਸ਼ਨ ਹੈ। ਜਿਹੜੀ ਕੰਪਨੀ ਇਹ ਸੜਕ ਬਣਾ ਰਹੀ ਸੀ ਉਹਨਾਂ ਨੇ ਇਹਨਾਂ ਨੂੰ 8 ਸਾਲ ਤੋਂ ਨੋਟਿਸ ਦਿੰਦੇ ਰਹੇ ਵੀ ਆਪਣਾ ਸੀਵਰੇਜ ਦਾ ਜਿਹੜਾ ਪਾਈਪ ਹੈ ਉਹਨੂੰ ਠੀਕ ਕਰ ਲਓ, ਅਸੀਂ ਇਹਦੇ ਉੱਪਰ ਪਿੱਲਰ ਖੜਾ ਕਰਨਾ ਹੈ। ਇਹਨਾਂ ਨੇ ਪਹਿਲਾਂ ਉਹਦਾ ਜਵਾਬ ਦੇਣਾ ਬੰਦ ਕਰ ਦਿੱਤਾ, ਫਿਰ ਇਹ ਕਹਿੰਦੇ ਕੋਈ ਨਹੀਂ ਅਸੀਂ ਕਰਦੇ ਕਰਦੇ 8 ਸਾਲ ਲੰਘ ਗਏ ਕੰਪਨੀ ਨੂੰ, ਆਖਰ ਇਹਨਾਂ ਨੇ ਇਹ ਕਹਿ ਦਿੱਤਾ ਚਲੋ ਜੀ ਤੁਸੀਂ ਆਪਣਾ ਪਿੱਲਰ ਬਣਾ ਲਓ, ਅਸੀਂ ਪਾਈਪ ਕਿਸੇ ਹੋਰ ਪਾਸਿਓਂ ਕੱਢ ਲਾਂਗੇ। ਉਹ ਪਿੱਲਰ ਬਣੇ ਉਹਨੂੰ ਵੀ 5 ਸਾਲ ਹੋ ਗਏ, ਉਸ ਤੋਂ ਬਾਅਦ ਅਜੇ ਤੱਕ ਵੀ ਉਹ ਪਾਈਪ ਨਹੀਂ।